ਸਤਿ ਸ੍ਰੀ ਅਕਾਲ ਦੋਸਤੋ, ਸਾਡੀਆਂ ਭੈਣਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਡੀ ਸਾਰੀ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਿ ਤੁਸੀਂ ਸਾਰੀ ਸਾਡੀ ਹਰ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਔਰ ਆਪਣੇ ਕਮੈਂਟਾਂ ਦੇ ਰਾਹੀਂ ਸਾਡੀ ਟੀਮ ਨੂੰ ਉਤਸ਼ਾਹ ਵੀ ਕਰਦੇ ਹੋ। ਅਤੇ ਅੱਜ ਸਾਡੇ ਕੋਲ ਸਾਡੇ ਆਪਣੇ ਦੇ ਨੌਜਵਾਨ ਨੇ, ਵਧੀਆ ਨੌਜਵਾਨ ਨੇ, ਫਿਰੇ ਤੁਰੇ ਨੇ, ਪੜ੍ਹੇ ਲਿਖੇ ਨੇ, ਯਾਨੀ ਕਿ ਸਮਾਜ ਦੀ ਪੂਰੀ ਨੌਲੇਜ ਰੱਖਦੇ। ਤੇ ਅੱਜ ਆਪਾਂ ਗੱਲ ਕਰਾਂਗੇ ਲਵਵੀਰ ਤੇ ਸਤਨਾਮ। ਅੱਜ ਆਪਣਾ ਵਿਸ਼ਾ ਇਹ ਹੈ ਕਿ ਸਾਡੇ ਜਿਹੜੇ ਪੰਜਾਬੀ ਲੋਕ ਹੈ ਬਹੁਤ ਮਿਹਨਤ ਕਰਦੇ, ਦਿਨ ਰਾਤ ਇੱਕ ਕਰ ਦਿੰਦੇ, ਸ਼ਹਿਰੀ ਵਿੱਚ ਆਉਂਦੇ ਨੇ, ਪਰ ਜੇ ਇਹਨਾਂ ਦਾ ਜਿਹੜਾ ਹੈਗਾ ਆ ਆਪਾਂ ਇਹਨਾਂ ਦਾ ਕੰਪੀਟੀਸ਼ਨ ਵੇਖੀਏ, ਇਹਨਾਂ ਦਾ ਜਿਹੜਾ ਹੈਗਾ ਸਟੈਮਿਨਾ ਵੇਖੀਏ ਮਿਹਨਤ ਵਾਲਾ, ਤੇ ਪਿੰਡਾਂ ਦਾ ਸ਼ਹਿਰੀਆਂ ਨਾਲੋਂ ਵੀ ਇੱਕ ਦੋ ਪੁਆਇੰਟ ਅੱਗੇ ਹੁੰਦੇ। ਤੋਂ ਲਵ, ਜਿਵੇਂ ਕਿ ਸਾਡੇ ਲੋਕ ਜਿਹੜਾ ਸੰਘਰਸ਼ ਕਰ ਰਹੇ ਹੁੰਦੇ ਆ, ਸਟਰਗਲ ਕਰ ਰਹੇ ਹੁੰਦੇ ਆ, ਤੇ ਜਿੱਦਾਂ ਕਿ ਆਪਣੇ ਘਰ ਹੁੰਦੇ ਨੇ ਰਹਿਣ ਬਸੇਰੇ, ਉਦੋਂ ਕਿਸੇ ਦਾ ਇੱਕ ਕਮਰਾ ਜਾਂ ਦੋ ਕਮਰੇ ਹੁੰਦੇ ਆ ਤੇ ਕੰਮ ਚੱਲੀ ਜਾਂਦਾ, ਪਰ ਜਦੋਂ ਚਾਰ ਪੈਸੇ ਆ ਜਾਂਦੇ ਆ ਤੇ ਉਹ ਚਾਰ ਪੈਸੇ ਹੁੰਦਿਆਂ ਸਾਰ ਹੀ ਉਹ ਬੜ ਕੇ ਜਿਹੜੇ ਕੁਝ ਭਰਾ ਆ ਉਹ ਫਿਰ ਗੁਆਂਢੀ ਨੂੰ ਵਿਖਾਉਣਾ ਸ਼ੁਰੂ ਕਰ ਦਿੰਦੇ ਆ ਕਿ ਮੈਂ ਹੁਣ ਨਵੀਂ ਕੋਠੀ ਪਾਉਣੀ ਆ ਤੇ ਪਾ ਕੇ ਵਿਖਾਉਂਦੇ। ਗੱਲ ਪਤਾ ਕੀ, ਸਾਡੇ ਲੋਕ ਇਸ ਗੱਲ ਦੇ ਵਿੱਚ ਰੱਤੀ ਭਰ ਵੀ ਝੂਠ ਨਹੀਂ ਹੈਗਾ ਕਿ ਸਾਡੇ ਪੰਜਾਬੀ ਲੋਕ ਜਿਹੜੇ ਮਿਹਨਤੀ ਬਹੁਤ ਹਨ, ਚਾਹੇ ਉਹ ਸ਼ਹਿਰੀ ਪੰਜਾਬੀ ਹੋਣ ਚਾਹੇ ਉਹ ਪੇਂਡੂ ਪੰਜਾਬੀ ਹੋਣ, ਪੰਜਾਬੀ ਦੇ ਪੰਜਾਬੀ ਔਰ ਹੱਡ ਤੋੜ ਵੀ ਮਿਹਨਤ ਕਰਦੇ ਨੇ, ਔਰ ਅੱਜ ਇਹਨਾਂ ਨੇ ਆਪਣੀ ਮਿਹਨਤ ਦੇ ਸਿਰ 'ਤੇ ਪੂਰੀ ਦੁਨੀਆ ਦੇ ਵਿੱਚ ਆਪਣਾ ਜਿਹੜਾ ਸਿੱਕਾ ਨਾ ਉਹ ਮਿਹਨਤ ਦੇ ਸਿਰ 'ਤੇ ਕਾਇਮ ਕੀਤਾ। ਪਰ ਮਿਹਨਤ ਦੇ ਨਾਲ ਨਾਲ ਇੱਕ ਨਾ ਇਹਨਾਂ ਦੇ ਵਿੱਚ ਬਦਲਾਵ ਜਿਹੜਾ ਆਇਆ ਨਾ, ਬਦਲਾਵ ਤੇ ਇਹਨਾਂ ਦੇ ਵਿੱਚ ਇਹ ਆਉਣਾ ਚਾਹੀਦਾ ਸੀ ਕਿ ਇਹ ਸਮਾਜ ਸੁਧਾਰਕ ਕੰਮਾਂ ਦੇ ਵਿੱਚ ਅੱਗੇ ਆਉਂਦੇ, ਕੁਛ ਪਰਸੈਂਟ ਪੰਜਾਬੀ ਜਿਹੜੇ ਉਹ ਸਮਾਜ ਸੁਧਾਰਕ ਕੰਮਾਂ ਦੇ ਵਿੱਚ ਅੱਗੇ ਹੈਗੇ ਨੇ, ਪਰ ਅੱਜ ਦੇ ਜਿਹੜੇ ਪੰਜਾਬੀ ਨੇ ਨਾ ਉਹ ਵਿਖਾਵੇ ਦੇ ਚੱਕਰ 'ਚ ਲੋੜ ਤੋਂ ਵੱਧ ਪੈ ਗਏ, ਬਹੁਤ ਜ਼ਿਆਦਾ ਉੱਭ ਚੁੱਕੇ ਨੇ ਵਿਖਾਵੇ ਦੇ ਚੱਕਰ 'ਚ। ਮੈਂ ਗੁਆਂਢ 'ਚ ਵਿਖਾਉਣਾ ਵੀ ਮੇਰੇ ਕੋਲ ਤੇਰੇ ਕੋਲ ਛੋਟੀ ਗੱਡੀ ਆ, ਮੇਰੇ ਕੋਲ ਵੱਡੀ ਗੱਡੀ ਆ, ਤੇਰੇ ਕੋਲ 5 ਲੱਖ ਵਾਲੀ ਆ, ਮੇਰੇ ਕੋਲ 15 ਲੱਖ ਵਾਲੀ ਆ, ਮੇਰੇ ਕੋਲ ਟਰੈਕਟਰ ਵੱਡਾ ਆ, ਤੇਰੇ 2 ਕਮਰੇ ਨੇ, ਮੇਰੀਆਂ 2 ਮੰਜ਼ਲਾਂ ਨੇ, ਉਹ ਚੱਕਰ ਦੇ ਵਿੱਚ ਇਹ ਵਿਖਾਵੇ ਦੇ ਵਿੱਚ ਲੋੜ ਤੋਂ ਵੱਧ ਪੈ ਗਏ। ਬਿਲਕੁਲ, ਹੁਣ ਜਿੱਦਾਂ ਛੋਟਾ ਜ਼ਿਮੀਂਦਾਰ ਆ, ਜੇ ਉਹਦੇ ਕੋਲ 2-3 ਏਕੜ ਜ਼ਮੀਨ ਆ ਤਾਂ ਉਹ ਵੱਡਾ ਟਰੈਕਟਰ ਲੈ ਕੇ ਆ ਰਿਹਾ, ਬਿਲਕੁਲ 11-12 ਲੱਖ ਦਾ, ਕਿ ਜਦੋਂ ਮੰਡੀ ਜਾਵਾਂ ਤੇ ਪਤਾ ਲੱਗੇ ਕਿ ਯਾਰ ਮੈਂ ਵੀ ਚੰਗਾ ਭਲਾ ਜ਼ਿਮੀਂਦਾਰ ਹੈ, ਛੋਟਾ ਨਹੀਂ ਹੈਗਾ। ਬਿਲਕੁਲ ਸਰ, ਜਦਕਿ ਉਹ 2 ਸਿਲੰਡਰ ਟਰੈਕਟਰ ਦੇ ਨਾਲ ਵੀ ਸਾਰ ਸਕਦਾ, ਛੋਟੇ ਟਰੈਕਟਰ ਦੇ ਨਾਲ ਆਪਣਾ ਗੁਜ਼ਾਰਾ ਕਰ ਸਕਦਾ। ਬਿਲਕੁਲ ਬਿਲਕੁਲ ਹੁੰਦਾ ਸਾਹਿਬ, ਉਹ ਜ਼ਰੂਰੀ ਨਹੀਂ ਹੁੰਦਾ ਕਿ ਪਿੰਡ ਦੇ ਵਿੱਚ ਸਾਡਾ ਸਾਰਿਆਂ ਦੇ ਨਾਲ ਹੀ ਟਕੜਕਾ ਹੀ ਹੋਵੇ, 2-4 ਸੰਜਰ ਇਹੋ ਜਿਹੇ ਵੀ ਹੁੰਦੇ ਜਿਹੜੇ ਸਾਡੀ ਆਖੀ ਨਹੀਂ ਮੋੜਦੇ, ਛੋਟਾ ਜ਼ਿਮੀਂਦਾਰ ਹੋ ਗਿਆ ਜਾਂ ਹੋਰ ਭੈਣ ਭਰਾ ਲਾਗੋ ਗੁਆਂਢੀ ਤੋਂ ਮਦਦ ਲੈ ਕੇ ਵੀ ਆਪਣਾ ਕੰਮ ਚਲਾ ਸਕਦੇ ਨੇ।
ਪਰ ਗੱਲ ਉੱਥੇ ਆ ਗਈ ਆ ਕਿ ਮਾਡਰਨ ਜ਼ਮਾਨਾ ਹੋਣ ਦੇ ਨਾਲ ਨਾਲ ਅਸੀਂ ਪੰਜਾਬੀ ਲੋਕ ਲੋੜ ਤੋਂ ਵੱਧ ਮਾਡਰਨ ਹੋ ਗਏ, ਔਰ ਉਹ ਜਿਹੜਾ ਮਾਡਰਨ ਆ ਨਾ ਉਹ ਬਹੁਤ ਹੱਦ ਤੱਕ ਸਾਡੀ ਘਰੇਲੂ ਜ਼ਿੰਦਗੀ ਦੇ ਵਿੱਚ ਐਂਟਰ ਕਰ ਚੁੱਕਿਆ। ਉਹ ਹੀ ਚੀਜ਼ ਇਹਨਾਂ ਨੂੰ ਜਿਹੜੀ ਹੈ ਨਾ ਇਹ ਪਾਸੇ ਲਈ ਜਾਂਦੀ, ਔਰ ਇਹ ਇੱਕ ਤਰੀਕੇ ਦੇ ਨਾਲ ਆਪਣੀ ਹੱਡ ਤੋੜਵੀਂ ਮਿਹਨਤ ਜਿਹੜੀ ਕਮਾਈ ਕਰਦੇ ਆ ਨਾ ਉਹਦੀ ਬਰਬਾਦੀ ਦਾ ਕਾਰਨ ਵੀ ਇਹੀ ਚੀਜ਼ ਬਣਦੀ ਪਈ ਹੈ। ਔਰ ਬਰਬਾਦੀ ਇਹ ਨਹੀਂ ਕਿ ਬਰਬਾਦੀ ਇਹ ਅਜਾਈ ਪੈਸਾ ਕਮਾਈ ਜਾ ਰਹੇ ਆ, ਬਰਬਾਦੀ ਇਹ ਪੈਸੇ ਨੂੰ ਆਪਣੇ ਘਰ 'ਚ ਹੀ ਬਰਬਾਦ ਕਰੀ ਜਾ ਰਹੇ। ਹਾਂ, ਹੁਣ ਜਿੱਦਾਂ ਆਪਣਾ ਸਤਨਾਮ ਵੀਰ ਆ, ਗੁਰਾਇਆ ਸਾਹਿਬ ਆ, ਕਿ ਕਿੰਨਾ ਕੋਲ ਤੁਹਾਡੇ ਕੋਲ ਟਰੈਕਟਰ ਕਿਹੜਾ? ਤੁਹਾਡੇ ਕੋਲ 36 30 2006 ਆ, ਤਾਂ ਵਾਹੀ ਹੋਈ ਜਾ ਰਹੀ, ਵਧੀਆ ਬਹੁਤ ਵਧੀਆ ਹੋ ਰਹੀ ਹੈ। ਤੇ ਜਿਹੜਾ ਘਰ ਇਹਨਾਂ ਦੇ ਪਹਿਲੇ ਘਰ ਬਣੇ ਹੋਏ ਆ, ਪੁਰਾਣੇ ਘਰ 'ਚ ਹੀ ਰਹਿਸ਼ ਬੜੀ ਵਧੀਆ ਔਰ ਸੋਹਣੀ ਚੰਗੀ ਹਾਲਤ 'ਚ ਸਾਂਭਿਆ, ਬਹੁਤ ਸੋਹਣਾ ਉਹ ਚੱਲ ਰਿਹਾ। ਉਹ ਪ੍ਰੋਬਲਮ ਕਈ ਵਾਰ ਇਹ ਆ ਜਾਂਦੀ ਹੈ ਕਿ ਜਿਸ ਤਰ੍ਹਾਂ 3-4 ਮੰਜ਼ਿਲੀ ਕੋਠੀ ਪਾਲੀ ਔਰ ਤੇ ਰੁਪਈਆ ਲੱਗ ਗਿਆ 70-80 ਲੱਖ। ਹੁਣ 70-80 ਲੱਖ ਰੁਪਈਆ ਲੱਗ ਗਿਆ ਤੇ ਉਹਦੇ ਵਿੱਚ ਜਿਹੜੇ ਜੀ ਉਹ ਸਾਰੇ ਚਾਰ ਹੈ, ਹੈਨਾ, ਮੀਆਂ ਬੀਬੀ ਤੇ ਉਹਨਾਂ ਦੇ ਬੇਟਾ ਬੇਟੀ ਲਾ ਲਓ, ਜਾਂ 3 ਜੀ ਲਾ ਲਓ, ਜਾਂ 3 ਬੱਚੇ ਲਾ ਲਓ, ਹੋਰ ਹੈਨਾ 5 ਜੀ ਲਾ ਲਓ। ਉਹ ਕੀ ਕਰਦੇ ਹੈਗੇ ਆ, ਉਹਨਾਂ ਨੇ 3 ਮੰਜ਼ਿਲੀ ਜਿਹੜੀ ਕੋਠੀ ਛੱਤ ਲਈ ਆ ਉਹ 4 ਕਮਰੇ ਥੱਲੇ ਆ, 4 ਉੱਤੇ ਆ, 2 ਉੱਤੇ ਆ, ਯਾਨੀ ਕਿ 10 ਕਮਰੇ ਬਣ। ਹਾਂਜੀ ਹਾਂਜੀ। ਹੁਣ ਉਹਨੂੰ ਰੰਗ ਰੋਗਣ ਵੀ ਕਰਵਾਇਆ ਤੇ ਉੱਥੇ ਖਰਚਾ ਕਾਫੀ ਆ ਗਿਆ। ਤੇ ਵੇਖੋ ਵੇਖੀ ਸਾਰੇ ਬਣਾਈ ਜਾ ਰਹੇ ਆ, ਤੇ ਜਿੰਨੇ ਬਣਾਈ ਹੁੰਦੀ ਉਹਦੇ ਮਨ ਚ ਇੱਛਾ ਹੁੰਦੀ ਵੀ ਯਾਰ ਮੇਰੀ ਕੋਈ ਸਿਫਤ ਸਲਾਹ ਕਰੇ, ਕੋਠੀ ਬੜੀ ਵਧੀਆ ਬਣੀ ਆ। ਪਰ ਅੱਜ ਕੱਲ ਹੁਣ ਜਿਹੜਾ ਜ਼ਮਾਨਾ ਉਹ ਹਰ ਬੰਦਾ ਕਰੀ ਜਾਣ ਡਿਆ, ਹੁਣ ਕਿਸੇ ਵੱਲ ਕੋਈ ਤਵੱਜੋ ਨਹੀਂ ਦਿੰਦਾ। ਨਹੀਂ ਨਹੀਂ ਬਿਲਕੁਲ ਬਿਲਕੁਲ, ਇਹ ਹਰੇਕ ਬੰਦਾ ਇਹੋ ਹੀ ਸੋਚਣ ਦਿਆ ਅੱਜ ਦੇ ਸਮੇਂ 'ਚ ਕਿ ਮੈਂ ਜਿਹੜਾ ਗਵਾਂਢੀ ਉਹਦੇ ਨਾਲੋਂ 1 ਪੈਰ ਅੱਗੇ ਜਾਵਾਂ। ਹਾਂ, ਔਰ ਗਵਾਂਢੀ ਸੋਚਦਾ ਵੀ ਮੈਂ ਇਹਦੇ ਨਾਲ 2 ਅੱਗੇ ਜਾਵਾਂ। ਇਹੀ ਚੱਕਰ ਹੈ ਨਾ ਵੀ ਜਦੋਂ ਗਵਾਂਢੀ ਕੋਲ ਪੈਸੇ ਆ ਗਏ ਤਾਂ ਉਹਨੇ ਵੀ ਉਹ ਤੋਂ, ਜੇ ਉਹਦੇ 10 ਕਮਰੇ ਕੋਠੀ ਦੇ ਉਹਨੇ ਕਰ ਦਿੱਤਾ ਆਪਣਾ ਵੀ 4ਥੀ ਮੰਜ਼ਿਲ ਪਾ ਕੇ ਤੇ 11ਵਾਂ ਕਮਰਾ। ਬਿਲਕੁਲ ਬਿਲਕੁਲ। ਉਹ ਚੱਕਰ ਇਹ ਜਿਹੜੇ ਚੱਕਰ ਹੈਗੇ ਆ ਅਸਲ ਦੇ ਵਿੱਚ ਇਹ ਚੱਕਰ ਐਸੇ ਪੈ ਜਾਂਦੇ ਆ ਕਿ ਕਈਆਂ ਦੇ ਜਿੱਦਾਂ ਹੁਣ ਘਰ ਬਣੇ ਹੁੰਦੇ, ਕੋਠੀਆਂ ਬਣ ਜਾਂਦੀਆਂ ਪਿੰਡਾਂ ਦੇ ਵਿੱਚ, ਬਿਲਕੁਲ, ਤੇ ਕਿਸੇ ਦੇ ਬੱਚੇ ਬਾਹਰ ਚਲ ਗਏ, ਬਿਲਕੁਲ, ਹੁਣ ਬਾਹਰਲੀ ਕੰਟਰੀ ਚਲ ਗਏ, ਉੱਥੋਂ ਦੇ ਉਹ ਸਿਟੀਜਨ ਹੋ ਗਏ, PR ਮਿਲ ਗਈ, ਉਹਨਾਂ ਇਧਰ ਵਾਪਸ ਨਹੀਂ ਆਉਣਾ। ਨਹੀਂ ਆਉਣਾ, ਨਹੀਂ ਆਉਣਾ, ਬਿਲਕੁਲ ਸਹੀ ਗੱਲ ਦਾ ਵਾਸਾ। ਹੁਣ ਜ਼ਿਆਦਾਤਰ ਤੁਸੀਂ ਵੇਖ ਲਓ ਕਿ ਅਸੀਂ ਵੀ ਪਿੰਡਾਂ 'ਚ ਵਿਚਰਦੇ ਹਾਂ, ਤੁਸੀਂ ਵੀ ਵਿਚਰਦੇ ਜੇ ਸਮਾਜਿਕ ਤੌਰ 'ਤੇ, ਜ਼ਿਆਦਾਤਰ ਪਿੰਡਾਂ ਦੇ ਵਿੱਚ ਕੀ ਹਾਲਾਤ ਬਣੀ ਆ, 2-2, 4-4 ਮੰਜ਼ਿਲਾ ਕੋਠੀਆਂ ਨੇ ਤੇ ਸਿਰਫ ਮਾਈ ਬਾਪੂ ਉੱਥੇ ਰਹਿੰਦੇ ਆ, ਜਿਨ੍ਹਾਂ ਨੇ ਕੋਠੀ ਬਣਾਈ ਉਹ ਉਹਨਾਂ ਦਾ ਪਰਛਾਵਾਂ ਵੀ ਕਦੀ ਕੋਠੀ 'ਤੇ ਨਹੀਂ ਪਿਆ। ਇਹੋ ਜਿਹੇ ਬੰਦੇ ਵੀ ਹੈਗੇ ਨੇ 10-10, 20-20 ਸਾਲ ਤੋਂ ਕਨੇਡਾ ਅਮਰੀਕਾ ਰਹਿ ਰਹੇ ਨੇ ਤੇ ਪਿੱਛੇ ਕੋਠੀ ਨੂੰ ਸਾਂਭ ਲਈ ਸਿਰਫ ਮਾਈ ਬਾਪੂ, ਮਾਈ ਬਾਪੂ ਨੇ ਤੇ 1 ਕਮਰੇ 'ਚ ਵੀ ਗੁਜ਼ਾਰਾ ਕਰ ਲੈਣਾ ਉਹ ਤੇ। ਫਿਰ ਚੱਕਰ ਇੱਕ ਹੋਰ ਚੱਲ ਗਿਆ ਨਾ, ਉਹ ਜਦੋਂ ਹੁਣ ਉਹ ਕੁਝ ਸੰਜੜਾ ਨੇ ਵਿਖਾਵੇ ਤੌਰ ਤੇ ਜਿਹੜੀ ਕੋਠੀ ਬਣਾਈ ਹੁੰਦੀ ਆ, ਬਾਹਰ ਉਹਨੂੰ ਸ਼ੋਅ ਕਰਨਗੇ, ਅੰਦਰ ਮਨ ਚ ਗੱਲ ਹੁੰਦੀ ਕਿ ਆਪਾਂ ਮਤਲਬ ਗੁਆਂਢੀ ਨੂੰ ਜਾਂ ਆਪਣੇ ਸ਼ਰੀਕੇ ਵਿੱਚ ਸ਼ਰੀਕ ਨੂੰ ਨੀਵਾਂ ਵਿਖਾ ਦਿੱਤਾ, ਉਹ ਹੁਣ 70-80 ਲੱਖ ਰੁਪਇਆ ਲੱਗਾ ਆ, ਬੱਚੇ ਬਾਹਰ ਆ, ਉਹ ਕਈ ਵਾਰ ਸੁੱਤੇ ਸੁੱਤੇ ਪਏ ਝੂਰਦੇ ਆ। ਹਾਂਜੀ ਹਾਂਜੀ। ਯਾਰ ਪੈਸੇ ਗਲਤ ਜਗ੍ਹਾ ਲੱਗ ਗਿਆ, ਹੱਡ ਭਨਵੀ ਕਮਾਈ ਕੀਤੀ ਸੀ, ਇਹ ਪੈਸਾ ਗਲਤ ਜਗ੍ਹਾ ਲੱਗ ਗਿਆ, ਉਹ ਫਿਰ ਬਲੱਡ ਦੀ, ਬਿਲਕੁਲ ਬਿਲਕੁਲ, ਸ਼ੂਗਰ ਦੀ ਗੋਲੀ, ਬਿਲਕੁਲ ਬਿਲਕੁਲ, ਔਰ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਅੰਦਰਲੀ ਬਿਮਾਰੀ ਸਾਨੂੰ ਕਿਹੜੀ ਲੱਗੀ। ਹਾਂਜੀ 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 ਹਾਂਜੀ। ਪਰ ਉਹ ਡਾਕਟਰ ਨੂੰ ਵੀ ਆਪਣੀ ਅੰਦਰਲੀ ਬਿਮਾਰੀ ਨੂੰ ਦੱਸਦੇ ਨਹੀਂ, ਸੱਚ ਡਾਕਟਰ ਨੂੰ ਵੀ ਨਹੀਂ ਦੱਸ ਸਕਦੇ। ਹਾਂ ਵੀ ਜਿਹੜੇ ਲੈਂਟਰ ਥੱਲੇ ਡਾਕਟਰ ਸਾਹਿਬ ਪਏ ਆ, BP ਇਹੋ ਘਟਾ ਛੱਡਦਾ ਵਾ ਦਿਨ ਰਾਤ, ਗੱਲ ਵਿਚਲੀ ਆ ਜੇ ਵੀ ਜਿਹਦੀ ਗੱਲ BP ਘਟਣ ਦਾ ਕਾਰਨ ਇਹ ਆ
ਵੀ ਹੁਣ ਜੇ ਲੋਕਾਂ ਨੂੰ ਦੱਸੀਏ ਪਿੰਡ ਚ ਵੀ ਯਾਰ ਅਸਲ ਚ ਪੈਸਾ ਵੱਧ ਲੱਗ ਗਿਆ ਸੀ, ਵੇਖੋ ਵੇਖੀ, ਤੇ ਉਹ ਅਗਲਾ ਸੋਚਦਾ ਕਿ ਮੈਂ ਮੂਰਖ ਨਾ ਸਾਬਤ ਹੋ ਜਾਵਾਂ। ਬਿਲਕੁਲ ਬਿਲਕੁਲ ਅਸਲ ਚ ਰੰਧਾਵਾ ਸਾਹਿਬ ਮਾਨਸਿਕ ਤੌਰ ਤੇ ਨਾ ਲੋਕ ਜਿਹੜੇ ਆ ਨਾ ਉਹ ਵੀਕ ਹੋ ਗਏ, ਮਾਨਸਿਕ ਪੱਧਰ ਦੇ ਲੋਕ ਬਹੁਤ ਨੀਵੇਂ ਡਿੱਗ ਗਏ ਨੇ। ਅੱਗੇ ਸਾਡੇ ਜਿਹੜੇ ਵੱਡੇ ਵਡੇਰੇ ਹੁੰਦੇ ਸੀ ਨਾ, ਉਹਨਾਂ ਦੇ ਵਿੱਚ ਰਿਸ਼ਤਿਆਂ ਦੀ, ਪਿੰਡਦਾਰੀ ਦੇ ਉੱਤੇ, ਸ਼ਰੀਕੇ ਬਰਾਦਰੀ 'ਚ ਇਹਨਾਂ ਚੀਜ਼ਾਂ ਦੀ ਅਹਿਮੀਅਤ ਹੁੰਦੀ ਸੀ। ਹੁਣ ਇਹ ਜਿਹੜੀ ਅਹਿਮੀਅਤ ਇਹ ਤਾਂ ਹੁਣ ਘਰਾਂ 'ਚ ਨਹੀਂ ਰਹਿ ਗਈ। ਭਰਾ ਭਰਾ ਨੂੰ ਕਹੀ ਜਾਂਦਾ ਵਾ ਵੀ ਮੈਂ ਤੇਰੇ ਤੋਂ ਅੱਗੇ ਲੰਘਣਾ ਵਾ, ਤੂੰ ਮੇਰੇ ਤੋਂ ਅੱਗੇ ਲੰਘਣਾ। ਇਸ ਕਰਕੇ ਇਹ ਜਿਹੜੀ ਅੱਗੇ ਵਧਣ ਦੀ ਤਾਂ ਗਿਆ ਨਾ, ਹੁਣ ਹੀ ਹਰੇਕ ਦੇ ਅੰਦਰ ਚਾਹੀਦੀ ਆ, ਪਰ ਉਹ ਤਾਂਘ ਜਿਹੜੀ ਆ ਨਾ ਉਹ ਬੰਦੇ ਦੇ ਅੰਦਰ ਲਾਲਚ ਨਹੀਂ ਬਣਨੀ ਚਾਹੀਦੀ ਕਿ ਮੈਂ ਆਪਣੇ ਭਰਾ ਨੂੰ, ਆਪਣੇ ਸ਼ਰੀਕੇ ਬਰਾਦਰੀ ਨੂੰ ਪਿੱਛੇ ਛੱਡ ਕੇ ਅਤੇ ਅੱਗੇ ਲੰਘ ਜਾ। ਉਸੇ ਚੀਜ਼ ਦੇ ਚੱਕਰ 'ਚ ਹੀ ਅੱਜ ਦੀ ਜਿਹੜੀ ਚੱਲਦੇ ਆ ਨਾ ਸਿਸਟਮ, ਅੱਜ ਦੇ ਸਮੇਂ ਦਾ ਜਿਹੜਾ ਉਹ ਇਸੇ ਚੱਕਰ 'ਚ ਹੀ ਚੱਲਦੇ ਆ। ਹੁਣ ਤੁਸੀਂ ਵੇਖੋ ਵੀ ਕੁਛ ਬੰਦੇ, ਕੁਛ ਸੱਜਣ ਇਹੋ ਜਿਹੇ ਵੀ ਹੁੰਦੇ ਕਿ ਜਿਹੜੇ ਸਰਕਾਰੀ ਨੌਕਰੀ ਹੁੰਦੇ ਆ। ਬਿਲਕੁਲ ਬਿਲਕੁਲ। ਹੁਣ ਸਰਕਾਰੀ ਨੌਕਰੀ ਤੇ ਹੁੰਦੇ ਨੇ ਕਿ ਉਹਨਾਂ ਨੇ ਵੀ ਆਪਣਾ ਠਾਠ ਬਾਠ ਵਿਖਾਉਣਾ ਹੁੰਦਾ ਕਿ ਪਿੰਡ ਵਿੱਚ ਮੈਂ ਚੰਗੇ ਹੁੰਦੇ ਤੇ ਲੱਗਾ ਕਿਸੇ ਨੂੰ ਕਿਵੇਂ ਪਤਾ ਲੱਗੂਗਾ। ਉਹਨੇ ਵੀ ਪੰਗਾ ਲਿਆ ਹੁੰਦਾ 50-60 ਲੱਖ ਦੀ ਕੋਠੀ ਨੂੰ, ਬਿਲਕੁਲ ਬਿਲਕੁਲ, ਹੈ ਨਾ, ਵੱਡੀ ਗੱਡੀ ਲੈਣੀ। ਉਹ ਫਿਰ ਜਦੋਂ ਮੰਨ ਲਓ ਜਾਂ ਉਹਨੂੰ ਸ਼ਹਿਰ ਰਹਿਣਾ, ਉਹਦੀ ਮਜਬੂਰੀ ਬਣ ਜਾਂਦੀ ਕਿ ਮੈਂ ਸ਼ਹਿਰ ਰਹਿਣਾ, ਕੋਠੀ ਵੇਚਣੀ ਚਾਹੁੰਦਾ ਕਿ ਕੋਠੀ ਦਾ ਫਾਇਦਾ ਕੀ ਆ। ਹੁਣ ਕੋਠੀ ਦਾ ਰੁਪਇਆ ਤਾਂ ਲੱਗਾ 70 ਲੱਖ ਤੇ ਪੈਸੇ ਮਿਲਣ ਦੇ ਆ 30 ਲੱਖ। ਇੱਕ ਤਾਂ ਪਿੰਡ ਦੀ ਮਾਰਕੀਟ ਜਿਹੜੀ ਪਿੰਡਾਂ ਦੀ ਆ ਉਹ ਉਹਨੇ ਪੈਸੇ ਨਹੀਂ ਦਿੰਦੀ। ਉਹ ਇਸ ਟੈਨਸ਼ਨ ਚ ਹੁੰਦਾ ਵੀ ਲੱਗਾ 70 ਆ, ਮਿਲਣਾ ਮੈਨੂੰ 90 ਚਾਹੀਦਾ, ਮਿਲਣ ਦਿਆ 30-40। ਬਿਲਕੁਲ ਬਿਲਕੁਲ। ਤੇ ਉਹ ਉਸ ਪ੍ਰੋਬਲਮ ਦੇ ਵਿੱਚ ਵੀ ਜਿਹੜਾ ਨਾ ਉਹ ਪੀੜਤ ਹੋਇਆ ਹੁੰਦਾ। ਅਸਲ ਦੇ ਵਿੱਚ ਉਹ 70 ਵਾਲੀ ਗੁੰਝਲ ਨਹੀਂ ਨਾ ਕਿਸੇ ਨੂੰ ਦੱਸ ਸਕਦਾ ਵੀ 70 ਲੱਗਾ ਕਿੱਦਾਂ ਇਹਦੇ ਤੇ। 70 ਚੱਕਰ ਇਹ ਹੈਗਾ ਨਾ ਕਿ 70 ਤੇ ਲੱਗਾ ਆ ਵੀ ਜਿਹੜਾ ਹੁਣ ਸੜਕੀ ਵਿਭਾਗ 'ਚ ਆ, ਉਹ ਸੜਕਾਂ ਵਾਲੀ ਬਜਰੀ ਦੇ ਲੈਂਟਰਾਂ 'ਚ ਪਈ ਆ, ਉਹ ਪੈਸੇ ਗਿਣੀ ਜਾਂਦਾ ਵਿੱਚ, ਤੇ ਜਿਹੜਾ ਵਪਾਰੀ ਆ ਉਹ ਪੈਸੇ ਗਿਣਦੇ ਆ ਪਿੰਡ ਦੇ ਹਿਸਾਬ ਨਾਲ। ਤੇ ਉਹ ਨਾਲ ਗੱਲ ਇੱਕ ਹੋਰ ਹੈ ਨਾ, ਇੱਕ ਤੇ ਹੁਣ ਸਰਕਾਰੀ ਜੋਬ ਤੇ ਲੱਗਾ ਆ, ਉਹ ਤੇਰਾ ਰੁਪਿਆ 30 ਲੱਖ ਵਿੱਚ ਐਡ ਹੋਇਆ, ਤੇ 40 ਲੱਖ ਤੁਹਾਡੀ ਮਲਾਈ ਲਾਈ ਹੁੰਦੀ ਆ, ਬਸ ਬਸ ਉਹ ਵਿੱਚ ਲਾਈ ਹੁੰਦੀ ਆ, ਉਹ ਵਿੱਚ ਲਾਈ ਹੁੰਦੀ ਆ। ਉਹ ਜਿਹੜੀ ਮਲਾਈ ਲਾਈ ਹੁੰਦੀ ਆ, ਫਿਰ ਇੱਕ ਕੁਦਰਤ ਦਾ ਇੱਕ ਨਿਆਂ ਆ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪਾਣੀ ਕਰਨਾ। ਹੁਣ ਕੁਦਰਤ ਨੇ ਉਹਨੂੰ ਦਵਾਉਣਾ ਤੇ ਦੁੱਧ ਤੇ ਪੈਸੇ ਦਵਾਉਣੇ, 30 ਲੱਖ ਦੇ ਦਵਾਉਣੇ ਆ। ਬਿਲਕੁਲ ਬਿਲਕੁਲ। 40 ਲੱਖ ਜਿਹੜੀ ਬੇਈਮਾਨੀ ਦਾ ਪੈਸਾ ਇਕੱਠਾ ਕਰ ਜਿਹੜਾ ਘਰ ਤੇ ਲਾਇਆ ਉਹ ਕਿੱਥੋਂ ਮਿਲਣਾ? ਉਹ ਨਹੀਂ ਮਿਲਣਾ, ਉਹ ਨਹੀਂ ਮਿਲਣਾ, ਉਹ ਨਹੀਂ ਮਿਲਣਾ, ਉਹ ਵੀ ਵਿੱਚ ਐਡ ਕਰੀ ਜਾਂਦਾ, ਉਹ ਵੀ ਵਿੱਚ ਐਡ, ਉਹਨੇ ਵੀ ਬੀਪੀ ਘਟਾਇਆ, ਉਹ ਜਿਹੜਾ 40 ਲੱਖ ਮਲਾਈ ਵਾਲਾ ਉਹਨੇ ਵੀ ਬੀਪੀ ਘਟਾਇਆ ਬੰਦੇ ਦਾ, ਉਹ ਵੀ ਬੀਪੀ ਘਟਾਉਂਦਾ ਕਿ ਲਾਲਚ ਦੇ ਨਾਲ ਪੈਸੇ ਇਕੱਠੇ ਕੀਤੇ ਤੇ ਉਹ ਸਾਰੇ ਪੈਸੇ ਲਾਏ ਲਾਏ ਹੋਣ ਵਾਸਤੇ। ਹਾਂਜੀ ਹਾਂਜੀ। ਗੱਡੀ ਲੈ ਲਈ ਵੱਡੀ, ਗੱਡੀ ਨਹੀਂ ਵਿਕਣਦੀ। ਬਿਲਕੁਲ ਬਿਲਕੁਲ। ਜੇ ਵਿਕਦੀ ਅੱਡੋ ਡੂਡ ਜਿਹੜੀ ਉਹ ਵਿਕਦੀ ਪਈ ਆ। ਅਸਲ ਦੇ ਵਿੱਚ ਇਸ ਚੀਜ਼ ਨੇ ਵੀ ਲੋਕਾਂ ਨੂੰ ਬਹੁਤ ਮਾਰਿਆ। ਹਾਂ, ਜੇ ਦੋ ਚੀਜ਼ ਆ ਘਰ ਦੇ ਤੇ ਛੋਟੀ ਗੱਡੀ ਨਾਲ ਸਰਨ ਦਿਆ ਤੇ ਕਿਉਂ ਅਸੀਂ ਵੱਡੀ ਗੱਡੀ ਦਾ ਪੰਗਾ ਲੈਣਾ? ਵਿਖਾਵਾ ਵਿਖਾਵੇ ਦੇ ਤੌਰ ਤੇ ਵਾ, ਦਸਾਂ ਜੀਆਂ ਨੇ ਤੇ ਮੰਨਿਆ ਵੀ ਵੱਡੀ ਗੱਡੀ ਲੈਣੀ ਆ, ਕੋਈ 15-20 ਲੱਖ ਕੋਈ ਲਾਉਣਾ ਉਹਨਾਂ ਨੇ ਤੇ ਦੋ ਦੋ ਜੀ ਵੱਡੀ ਗੱਡੀ ਲੈ ਕੇ ਤੁਰ ਪੈਂਦੇ, ਇਹ ਵੀ ਬਰਬਾਦੀ ਦਾ ਕਾਰਨ ਹੈ। ਇਹ ਅਸਲ ਦੇ ਵਿੱਚ ਵਿਖਾਵਾ ਤੇ ਚਲੋ ਅਸੀਂ ਕਰੀ ਜਾਂਦੇ, ਪਰ ਅਸੀਂ ਇਹ ਚੀਜ਼ ਨਹੀਂ ਸੋਚਦੇ ਕਿ ਜਿਹੜੀ ਮਾਇਆ ਅਸੀਂ ਮਿਹਨਤ ਨਾਲ ਕਮਾ ਰਹੇ ਨਾ ਅਸੀਂ ਉਹਨੂੰ ਅਜਾਈ ਜਾਰੀ ਜਾਣਦੇ ਹਾਂ। ਅਸੀਂ ਕਿਸੇ ਧੀ ਭੈਣ ਦੀ, ਕਿਸੇ ਆਪਣੇ ਕਿਸੇ ਰਿਸ਼ਤੇਦਾਰ ਦੀ, ਕਿਸੇ ਚਾਚੇ ਤਾਏ ਦੀ ਬਾਂਹ ਨਹੀਂ ਫੜਨੀ ਕਿਸੇ ਗਰੀਬ ਦੀ ਪਿੰਡ 'ਚੋਂ, ਪਰ ਅਸੀਂ ਇੱਦਾਂ ਅਜਾਈ ਗਵਾ ਦੇਣੀ ਸਾਰੀ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਤਨਾਮ ਕਈ ਬੰਦੇ ਇੱਦਾਂ ਦੇ ਲੀਚੜ ਹੁੰਦੇ ਆ, ਉਹਨਾਂ ਨੇ ਸੱਜਾ ਖੱਬਾ ਉੱਧਰੋਂ ਇਕੱਠਾ ਕਰ, ਇੱਧਰੋਂ ਇਕੱਠਾ ਕਰ, ਸਾਰਾ ਹੀ ਉਹਨਾਂ ਨੇ ਆਪਣੇ ਘਰ 'ਤੇ ਲਾਇਆ ਹੁੰਦਾ। ਜਦ ਕਿ ਘਰ 'ਤੇ ਜ਼ਰੂਰਤ ਹੁੰਦੀ ਆ 20-30 ਲੱਖ ਰੁਪਇਆ ਲਾਉਣ ਦੀ। ਬਿਲਕੁਲ ਬਿਲਕੁਲ। ਕਰਦਾ ਉਹਨਾਂ ਨੇ ਉਹਦਾ, ਮੰਨ ਲਓ ਜੇ 30 ਲੱਖ ਦਾ ਬਜਟ ਆ
20 ਲੱਖ ਲਾਤਾ, 10 ਲੱਖ ਰੁਪਇਆ ਬਚ ਗਿਆ, ਬਚ ਗਿਆ ਭਾਜੀ। ਉਹਨੇ 5 ਲੱਖ ਕੇ ਜਿਹੜਾ ਹੈਗਾ ਉਹ ਹੋਰ ਕੇ ਕਾਰਜ ਦੇ ਨਹੀਂ ਲਾਉਣਾ, ਬਿਲਕੁਲ 5 ਲੱਖ ਨਾਲ ਕਿਤੇ ਦੁਨੀਆਂ ਚ ਘੁੰਮਣਾ ਫਿਰਨਾ ਨੀ। ਹਾਂਜੀ ਹਾਂਜੀ ਹਾਂਜੀ। 30 ਉਹ ਤਾਂ 40 ਬੇਈਮਾਨੀ ਲਾ ਕੇ 70 ਲੱਖ ਰੁਪਇਆ ਲਾ ਕੇ ਤੇ ਉਹ ਸੱਪ ਵਾਂਗੂ ਜਿਹੜਾ ਵਲੇਟ ਆ ਕੋਠੀ ਨਾਲ ਹੀ ਮਾਰ ਲੈਣਾ। ਬਿਲਕੁਲ ਬਿਲਕੁਲ ਸਹੀ, ਬਿਲਕੁਲ ਸਹੀ ਗੱਲ। ਕੋਠੀ ਫਿਰ ਇੱਥੇ ਦੀ ਇੱਥੇ ਤੇ ਟੈਨਸ਼ਨ ਵੱਖਰੀ, ਟੈਨਸ਼ਨ ਵੱਖਰੀ, ਟੈਨਸ਼ਨ ਇਹੋ ਰਹਿਣੀ ਆ ਵੀ ਇੰਨੇ ਪੈਸੇ ਲਾ ਲਏ ਆ ਤੇ ਹੁਣ ਮੈਂ ਕੀ ਕਰਾਂ, ਮੈਂ ਤੇ ਆਪਣੀ ਮਿਹਨਤ ਦੀ ਪੂੰਜੀ ਵੀ ਗਵਾ ਬੈਠਾ। ਦਵਾਈ ਬੂਟੀ ਤੇ ਫਿਰ ਬੀਪੀ ਵਾਲੀ ਗੋਲੀ ਪੱਕੀ ਤੇ ਉਹ ਚੱਲ ਡਾਕਟਰ ਨੂੰ 50 ਦੇਣੇ, ਉਹ ਦੇਣੇ ਦੇਣੇ, ਇਦਾਂ ਨਹੀਂ ਆਪਾਂ ਸੇਵਾ ਕਰਨੀ, ਓਦਾਂ ਨਹੀਂ ਸਮਾਜ 'ਚ ਸੇਵਾ ਕਰਨੀ ਕਿਸੇ ਗਰੀਬ ਨੂੰ। ਅੱਛਾ ਜੇ ਤੇਰੀ ਤੇਰੇ ਕੋਲ ਗੁੰਜਾਇਸ਼ ਹੈਗੀ ਆ 2 ਮੰਜ਼ਲਾਂ ਦੀ ਤੇ ਤੂੰ 3 ਮੰਜ਼ਲ ਨਾ ਪਾ ਕਿਸੇ ਗਰੀਬ ਨੂੰ 2 ਕੋਠੇ ਪਾ ਦੇ, ਤੂੰ ਆਖਰੀ ਸਾਹ ਤੱਕ ਤੈਨੂੰ ਸੀਸਾਂ ਤੇ ਦਊਗਾ, ਪਰ ਉੱਧਰ ਨਹੀਂ ਪੈਸਾ ਲਾਉਣਾ, ਗਲਤ ਪਾਸੇ ਪੈਸਾ ਲਾ ਦੇਣਾ। ਸਾਥੀ ਫਿਰ ਪਵੀ ਸਾਡੇ ਪਿੰਡ ਵੀ ਇੱਦਾਂ ਕੋਠੀਆਂ ਪੈ ਗਈਆਂ 3-3 ਮੰਜ਼ਲੀਆਂ, ਉਹ ਇਸੇ ਚੱਕਰ 'ਚ ਪਈ ਆ ਕਿ ਭਲਾ ਦੂਰੋਂ ਫਲਾਣੇ ਦੀ ਕੋਠੀ ਦੇਖਦੀ ਕਿ ਨਹੀਂ, ਸੜਕ ਤੇ ਜਾ ਰਿਹਾ ਫਿਰ ਦਿਖਾਵਾ। ਉਹ ਗੱਲ ਜਿਹੜੀ ਆਪਾਂ ਪਹਿਲਾਂ ਕਰਦੇ ਨਾ, ਦਿਖਾਵਾ ਮੇਨ ਜਿਹੜਾ ਨਾ ਉਹ ਭਾਰੂ ਹੋ ਗਿਆ ਲੋਕਾਂ ਨੇ। ਫਿਰ ਆਪਾਂ ਸੜਕ ਤੇ ਜਾ ਕੇ ਦੂਰ ਜਾ ਕੇ ਫਿਰ ਦੂਰੋਂ ਵੇਹਨੇ ਆ ਜੋ ਕੋਠੀ ਤਿਆਰ ਕਰਨੀ, ਵੀ ਕੋਠੀ ਸਾਡੀ ਦੂਰੋਂ ਦਿਖਣੀ ਚਾਹੀਦੀ ਆ ਪਿੰਡ 'ਚ, ਪਤਾ ਲੱਗਣਾ ਚਾਹੀਦਾ ਪਿੰਡ ਵੜ ਮੰਜ਼ਲ ਭਾਵੇਂ ਕੋਹ ਤੇ ਛੱਦ ਦੇ। ਬਿਲਕੁਲ ਬਿਲਕੁਲ, ਪੈਸਾ ਖੁੱਲਾ ਵਾ, ਪੈਸੇ ਦੀ ਲੈਣੀ ਨਾ ਆਪਾਂ ਟਾਈਮ। ਉਹ ਕਹਿੰਦਾ ਕਿ ਭਾਜੀ ਪੈਸੇ ਦੀ ਉਹਨਾਂ ਕਹਿੰਦਾ ਤੁਸੀਂ ਟੈਨਸ਼ਨ ਨਹੀਂ ਲੈਣੀ, ਪੈਸਾ ਬਹੁਤ ਆ, ਤੁਸੀਂ ਬਸ ਦੱਸੋ ਵੀ ਕੋਠੀ ਦਿਖਦੀ ਉੱਤੋਂ। ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ, ਬਿਲਕੁਲ ਸਹੀ। ਇਸ ਚੀਜ਼ ਨੇ ਲੋਕਾਂ ਨੂੰ ਮਾਰਿਆ ਤੇ ਇਸ ਕਰਕੇ ਆ ਕਿ ਅਸੀਂ ਤੇ ਗੱਲ ਦਾ ਸਿੱਟਾ ਇਹੀ ਕੱਢਾਂਗੇ ਕਿ ਸਾਡੇ ਪੰਜਾਬੀ ਜਿਹੜੇ ਆ ਨਾ ਵਿਖਾਵੇ ਵਿੱਚ ਨਾ ਆਉਣ। ਵਿਖਾਵੇ ਕਿਉਂ? ਜੱਗ ਤੇ ਦੁਨੀਆਂ ਭਲੀ ਸੋ ਭਲੀ ਆ। ਹਾਂਜੀ 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 ਹਾਂਜੀ, ਗੱਡੀਆਂ ਦੇ ਵਿੱਚ, ਸੋਨੇ ਦੇ ਵਿੱਚ, ਕਾਰਾਂ ਕੋਠੀਆਂ ਦੇ ਵਿੱਚ, ਦੁਨੀਆਂ ਭਲੀ ਸੋ ਭਲੀ ਆ। ਮਤਲਬ ਕਿ ਸਾਡੇ ਪੰਜਾਬੀਆਂ ਨੂੰ ਜੇ ਕਿਸੇ ਨੇ ਮਿਹਨਤ ਨਾਲ ਕਮਾਈ ਕੀਤੀ ਆ ਤੇ ਉਹਨੂੰ ਵੀ ਜਿਹੜੇ ਆਪਣੇ ਘਰ ਤੇ ਓਨੇ ਕੁ ਢੰਗ ਨਾਲ ਲਾਉਣੀ ਚਾਹੀਦੀ ਕਿ ਉਹ ਜ਼ਿੰਦਗੀ 'ਚ ਕੋਈ ਸੁੱਖ ਵੀ ਲੈ ਲੇ। ਬਿਲਕੁਲ ਬਿਲਕੁਲ, ਇਹ ਨਾ 4 ਇੱਟਾਂ ਲਾ ਕੇ ਤੂੰ ਪੀੜਤੀ ਹੋਇਆ ਰਹੇ, ਪੀੜਤੀ ਹੋਇਆ ਰਹੇ ਨਹੀਂ, ਉਹਨੂੰ ਉਹਨੂੰ ਜਮ੍ਹਾਂ ਕਰਕੇ ਰੱਖੋ। ਨਹੀਂ ਕਿਸੇ ਵੀਰ ਭਰਾ ਦੀ, ਕਿਸੇ ਦੀ ਗਰੀਬ ਦੀ ਨਹੀਂ ਮਦਦ ਕਰਨੀ, ਆਪਣੇ ਲਈ ਰੱਖੋ। ਤੇ ਇਸ ਲਈ ਹੈਗਾ ਕਿ ਸਾਡਾ ਅੱਜ ਦਾ ਵਿਸ਼ਾ ਵੀ ਇਹੋ ਸੀ ਕਿ ਜਿਹੜੇ ਸਾਡੇ ਪੰਜਾਬੀ ਆ, ਸਾਰੇ ਨਹੀਂ ਕਹਿੰਦੇ, ਕੁਝ ਵਿੱਚ ਚੰਦ ਬੰਦੇ ਹੁੰਦੇ ਆ ਜਿਨ੍ਹਾਂ ਦੇ ਅੰਦਰ ਕੁਝ ਹੋਰ ਭਾਵਨਾ ਹੁੰਦੀ ਆ ਸਮਾਜ ਵਿੱਚ ਆਪਣੇ ਆਪ ਨੂੰ ਉੱਚਾ ਵਿਖਾਉਣ ਦੀ, ਤੇ ਉਹ ਫਿਰ ਕਈ ਵਾਰਾਂ ਕਈਆਂ ਦੀ ਜਿਹੜੀ ਉਮਰ ਵੀ ਘੱਟ ਜਾਂਦੀ ਆ ਇਹਨਾਂ ਟੈਨਸ਼ਨਾਂ ਦੇ ਵਿੱਚ। ਕਮਾਈਆਂ ਕਰੋ, ਕਮਾਈਆਂ ਕਰਨੀਆਂ ਚਾਹੀਦੀਆਂ, ਘਰ ਬਣਾਓ, ਪਰ ਘਰ ਉਸ ਤਰੀਕੇ ਨਾਲ ਬਣਾਓ ਜਿੰਨੀ ਕੁ ਆਪਾਂ ਨੂੰ ਲੋੜ ਆ, ਤੇ ਵਿਖਾਵੇ ਦੇ ਚੱਕਰਾਂ 'ਚ ਆਪਾਂ ਬਾਹਰ ਆਈਏ ਤੇ ਬਲੱਡ ਦੀਆਂ ਗੋਲੀਆਂ ਤੋਂ ਵੀ ਬਚਾਂਗੇ, ਬੀਪੀ ਦੀਆਂ, ਸ਼ੂਗਰ ਦੀ ਦਵਾਈ ਤੋਂ ਵੀ ਬਚਾਂਗੇ, ਤੇ ਇੱਕ ਹਉਮੈ ਦਾ ਸ਼ਿਕਾਰ ਨਹੀਂ ਹੋਵਾਂਗੇ। ਤੇ ਜੇ ਮਿੱਤਰੋ ਅੱਜ ਦੀ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।